हाँ जी गुड मॉर्निंग स्टूडेंट्स हमारी जो वर्कशीट चल रही थी दैट इज़ वन एट्टी वन डेट है फाइव वन की ठीक है जी शुरू करें उससे पहले फिर वही बात कि एक तो ये हर एक क्वेश्चन को कॉपी पे लिखना है बेटा जो एक्स्ट्रा बताऊँ वो भी लिखना है ठीक है ये सब कुछ आपके लिए ही हो रहा है कि हाँ भाई एक तो मेरी तो आपको पता ही है जनरल नॉलेज इंक्रीज़ हो रही है थोड़ी बहुत 1 कादा परसेंट आपकी बहुत इंक्रीज होगी क्यों होगी आपने इसको याद भी करना है अच्छी तरह से ठीक है जी चलो शुरू करें जैसे पहला क्वेश्चन देखिए दिल्ली में, में मेट्रो सेवा देखिए आपने सभी ने दिल्ली विच मेट्रो सेवा कदो शुरू हुई थी व्हेन डिड द मेट्रो ट्रेन सर्विस स्टार्टस इन दिल्ली दिल्ली च कदो शुरू हुई सीगी मेट्रो स्टेशन मेट्रो ये 2002 च हुई सी ठीक है बेटानु एमए यार कर लो आ देखो एदा इंजन ਗੱਡੀ ਦਾ ਆ ਲਾਸਟ ਵਾਲਾ ਹਿੱਸਾ ਹੋ ਗਿਆ ਇਹਦਾ ਠੀਕ ਹੈ ਆ ਸਟਾਰਟਿੰਗ ਹੋ ਗਈ ਜਿੱਥੋਂ ਸਟਾਰਟ ਹੁੰਦੀ ਹੈ ਗੱਡੀ ਆ ਐਂਡ ਵਾਲਾ ਹੋ ਗਿਆ ਇੱਥੋਂ ਯਾਦ ਹੋ ਜਾਂਦਾ ਹੁੰਦਾ ਸ਼ੁਰੂ ਤੇ ਐਂਡ ਸੇਮ ਤਾਂ ਉਹਨੂੰ ਆਪਾਂ ਕਹਿ ਦਾਂਗੇ ਟ੍ਰੇ ਮੈਟਰੋ ਸਟੇਸ਼ਨ ਮੈਟਰੋ ਰੇਲ ਸੇਵਾ ਕਦ ਸ਼ੁਰੂ ਹੋਈ ਸੀਗੀ ਉਹਦੇ ਦੋਨੋਂ ਪਾਸੇ ਠੀਕ ਹੈ ਇਧਰਲੇ ਪਾਸੇ ਵੀ ਡਰਾਈਵਰ ਬਿਠਾਦਾ ਇਧਰ ਵੀ ਡਰਾਈਵਰ ਬਿਠਾਦਾ 2002 ਦੇ ਵਿੱਚ ਸ਼ੁਰੂ ਹੋਇਆ ਸੀ ਬਟਾ ਯਾਦ ਰੱਖ ਲਿਓ ਦਿੱਲੀ ਦੇ ਵਿੱਚ ਮੈਟਰੋ ਜਦੋਂ ਵੀ ਦਿੱਲੀ ਜਾਓ ਮੈਟਰੋ ਦੇ ਵਿੱਚ ਜ਼ਰੂਰ ਬੈਠ ਕੇ ਦੇਖਿਓ ਜੀ ਠੀਕ ਹੈ ਤੇ ਬਹੁਤ ਜਲਦੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਪਹੁੰਚ ਜੂਗੇ ਦਿੱਲੀ ਦੇ ਵਿੱਚ ਨਹੀਂ ਤਾਂ ਟ੍ਰੈਫਿਕ ਬਹੁਤ ਜ਼ਿਆਦਾ ਹੈ ਉਸ ਤੋਂ ਬਚਣ ਦਾ ਸਭ ਤੋਂ ਵੈਸ ਤਰੀਕਾ ਹੈ ਦਿੱਲੀ ਮੈਟਰੋ ਚੀਪ ਹੈ ਤੇ ਬੈਸਟ ਹੈ ਗਰਮੀਆਂ ਚ ਤਾਂ ਬਹੁਤ ਵਧੀਆ ਠੀਕ ਹੈ ਗਰਮੀ ਤੋਂ ਬਚਣ ਦਾ ਸਭ ਤੋਂ ਵਧੀਆ ਉਪਾਏ ਦਿੱਲੀ ਮੈਟਰੋ ਅਗਲਾ ਦੇਖੋ ਨਾਸਾ ਦੀ ਫੁੱਲ ਫਾਰਮ ਕੀ ਹੈ ਨਾਸਾ ਬਾਰੇ ਤਾਂ ਸਾਰਿਆਂ ਨੇ ਸੁਣਿਆ ਹੋਣਾ ਹੈ ਜਿਹੜਾ ਸਪੇਸ ਦੇ ਵਿੱਚ ਰਾਕਟਸ ਵਗੈਰਾ ਭੇਜਦੇ ਨੇ ਉਪਗ੍ਰਹਿ ਵਗੈਰਾ ਸੈਟੇਲਾਈਟ ਵਗੈਰਾ ਭੇਜਦੇ ਨੇ ਜ਼ਿਆਦਾਤਰ ਉਹ ਨਾਸਾ ਦੇ ਦੁਆਰਾ ਭੇਜੇ ਜਾਂਦਾ ਹੈ ਹਾਂ ਜੀ ਅਮਰੀਕਨ ਕੰਪਨੀ ਹੈ ਨਾਸਾ ਦੀ ਫੁੱਲ ਫਾਰਮ ਕੀ ਹੈ ਨੈਸ਼ਨਲ ਨੈਸ਼ਨਲ ਏ 4 에ਰੋਨੈਟਿਕਸ 에ਰੋਨੈਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ ਨੈਸ਼ਨਲ 에ਰੋਨੈ ਸੌਰੀ ਇਹ ਨਹੀਂ ਨੈਸ਼ਨਲ 에ਰੋਨੈਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ ਠੀਕ ਹੈ ਜੀ 542 ਦਾ ਈਡੀ ਠੀਕ ਹੈ ਬੇਟਾ ਚੱਲੀ ਅੱਗੇ ਚਲੋ ਉੱਟੀ ਜਿੱਥੇ ਸਾਰੇ ਕਿਤੇ ਪਹਾੜੀ ਪਹਾੜ ਨਹੀਂ ਉੱਟੀ ਹਿੱਲ ਸਟੇਸ਼ਨ ਇੱਥੇ ਘੁੰਮਣ ਜਾਣਾ ਹੋਵੇ ਆ ਬਹੁਤ ਵਧੀਆ ਜਗ੍ਹਾ ਉੱਟੀ ਹਿੱਲ ਸਟੇਸ਼ਨ ਇਹ ਕਿੱਥੇ ਹੈ ਜੀ ਇਹ ਤਾਮਿਲਨਾਡੂ ਦੇ ਵਿੱਚ ਇੱਕ ਤੁਹਾਨੂੰ ਮੈਂ ਕੱਲ ਵੀ ਦੱਸਿਆ ਸੀ ਕੇਰਲਾ ਘੁੰਮਣ ਲਈ ਬਹੁਤ ਵਧੀਆ ਹੈ ਜੀ ਇੱਥੇ ਤੋਂ ਡੀਓ ਸਾਇਲੈਂਟ ਘਾਟੀ ਹੈ ਕੇਰਲਾ ਦੇ ਵਿੱਚ ਐਵੇਂ ਉੱਟੀ ਹਿੱਲ ਸਟੇਸ਼ਨ ਵੀ ਪਹਾੜਾਂ ਦੇ ਦੇਖਣ ਨੂੰ ਜਿਹਨੂੰ ਦੇਖਣਾ ਹੋਵੇ ਪਹਾੜੀ ਏਰੀਆ ਵਗੈਰਾ ਉਹਦੇ ਲਈ ਤਾਮਿਲਨਾਡੂ ਦੇ ਵਿੱਚ ਉੱਟੀ ਹਿੱਲ ਸਟੇਸ਼ਨ ਆ ਉਹ ਵੀ ਵਧੀਆ ਹੈ ਜੀ ਯਾ ਕੇਰਲਾ ਵਧੀਆ ਕੇਰਲਾ ਕਿਦੇ ਲਈ ਵਧੀਆ ਸਾਈਲੈਂਟ ਘਾਟੀ ਲਈ ਠੀਕ ਹੈ ਬੇਟਾ ਚੱਲੀ ਅੱਗੇ ਧਰਤੀ ਦੇ ਵਿੱਚ ਰਹਿਣ ਵਾਲਾ ਹੁਣ ਜਿਹੜਾ ਜਿੰਦਾ ਏ ਪਹਿਲਾਂ ਨਹੀਂ ਪਹਿਲਾਂ ਤਾਂ ਆਪਣੇ ਕੋਲ ਹੋ ਸੀਗੇ ਡਾਇਨਾਸੌਰ ਜਿਹੜੇ ਹੁਣ ਜਿੰਦਾ ਸਭ ਤੋਂ ਵੱਡਾ ਪੰਛੀ ਕਿਹੜਾ ਹੈ ਜਿਹੜਾ ਜਿੰਦਾ ਹੈ ਲਾਈਵ ਹੈ ਔਨ ਧਰਤੀ ਦੇ ਉੱਤੇ ਉਹ ਹੈ ਸ਼ਤਰਮੁਰਗ ਔਸਟ੍ਰਿਚ ਇਹ ਬੇਟਾ ਉਹਦੇ ਵਰਗਾ ਹੁੰਦਾ ਬੱਤਕ ਵਰਗਾ ਐਵੇਂ ਜਿਵੇਂ ਊਂਟ ਕਹਿ ਸਕਦੇ ਬੱਤਕ ਵਰਗਾ ਵੀ ਕਹਿ ਸਕਦੇ ਤੇ ਟੰਗਾ ਬਹੁਤ ਐਵੇਂ ਹੁੰਦੇ ਆ ਠੀਕ ਹੈ ਜੀ ਸਮਝ ਆ ਗਿਆ ਬੇਟਾ ਔਸਟ੍ਰਿਚ ਤੇ ਕਿਹੜਾ ਆਦਾ ਸਾਰਿਆਂ ਨੂੰ ਪਤਾ ਹੋਣਾ ਕਿਹੜਾ ਹੈ ਜਿਆ ਸੀਗਾ ਜਿਹਨੂੰ ਟੈਸਟ ਕ੍ਰਿਕਟ ਵਿੱਚ ਜਿਹਨੇ 30 ਦਾ ਸੈਂਕੜਾ ਬਣਾਇਆ ਸੀ 300 ਤੋਂ ਉੱਪਰ ਹਨ ਮਾਰੇ ਸੀ ਟੈਸਟ ਕ੍ਰਿਕਟ 'ਚ ਇੱਕ ਵਾਰੀ 'ਚ ਕਿਹੜਾ ਇੰਡੀਅਨ ਸੀਗਾ ਇਹ ਜਿਆ ਪਹਿਲਾ ਇੰਡੀਅਨ ਉਹ ਸੀਗੇ ਵਰਿੰਦਰ ਸਹਿਵਾਗ ਪਹਿਲਾ ਬੇਟਾ ਵਰਿੰਦਰ ਸਹਿਵਾਗ ਵਰਿੰਦਰ ਸਹਿਵਾਗ ਅਗਲਾ आगरा ਤੁਹਾਨੂੰ ਪਤਾ ਹੀ ਆਗਰਾ ਕਿੱਥੇ ਆਗਰਾ ਦੇਖਣ ਨੂੰ ਸਭ ਤੋਂ ਵਧੀਆ ਜੀ ਇਹ ਕਿੱਥੇ ਹੈ ਯੂਪੀ ਦੇ ਵਿੱਚ ਉੱਤਰ ਪ੍ਰਦੇਸ਼ ਦੇ ਵਿੱਚ ਇਹ ਕਿਸ ਨਦੀ ਦੇ ਕੰਡੇ ਤੇ ਬਣਿਆ ਹੋਇਆ ਹੈ ਉਹ ਯਮੁਨਾ ਨਦੀ ਦੇ ਕੰਡੇ ਤੇ ਵਸਿਆ ਹੋਇਆ ਹੈ ਦੇਖਿਓ ਧਿਆਨ ਨਾਲ ਆਗਰਾ ਸ਼ਹਿਰ ਆਗਰਾ ਸ਼ਹਿਰ ਯਮੁਨਾ ਨਦੀ ਦੇ ਕੰਡੇ ਤੇ ਵਸਿਆ ਹੋਇਆ ਹੈ ਠੀਕ ਹੈ ਜੀ ਚੱਲੀ ਅੱਗੇ ਅੱਗੇ ਵਧਣ ਤੋਂ ਪਹਿਲਾਂ ਬਟਾ ਜੇ ਵੀਡੀਓ ਪਸੰਦ ਆਈ ਉਹ ਵੇ ਦਾ ਲਾਈਕ ਕਰੋ ਸਬਸਕ੍ਰਾਈਬ ਕਰੋ ਚੈਨਲ ਨੂੰ ਤੇ ਸ਼ੇਅਰ ਕਰੋ ਤਾਂ ਕਿ ਮੈਕਸਿਮਮ ਸਟੂਡੈਂਟ ਦਾ ਬੈਨੀਫਿਟ ਲੈ ਸਕਣ ਅਚਾ ਕਿੰਨੇ ਪਰਸੈਂਟ ਪਾਣੀ ਆਪਣਾ ਸਿਰਫ ਪੀਣ ਯੋਗ ਬਚਿਆ ਹੋਇਆ ਆ ਆਪਾਂ ਤਾਂ ਉਹੀਓ ਪਾਣੀ ਵੇਸਟ ਕਰੀ ਜਨੇ ਨਾ ਨੇ ਤਾਂ ਪਾਣੀ ਵੇਸਟ ਕਰਦੇ ਵਿਆਂ ਜਿੱਤੇ ਨਾਣਾ ਇੱਕ ਕੁਆਲਿਟੀ ਨਾਲ ਨਾ ਹੁੰਦਾ ਆਪਾਂ ਤਿੰਨ ਤਿੰਨ ਚਾਰ ਚਾਰ ਵਾਲਟੀ ਆ ਪਈ ਜਾਂਦੇ ਆ ਐਵੇਂ ਆਪਾਂ ਕੀ ਰਸੋਈ ਦੇ ਵਿੱਚ ਕੱਪੜੇ ਸੋਰੀ ਭਾਂਡੇ ਇੱਕੋ ਦੇ ਨਾਲ ਧੋਣੇ ਹੁੰਦੇ ਨੇ ਵਾਲਟੀ ਨਾਲ ਆਪਾਂ ਪੰਜ ਪੰਜ ਵਾਲਟੀ ਯੂਜ਼ ਕਰੀ ਜਾਂਦੇ ਆ ਕਿ ਬੇਟਾ ਬਰਸ਼ ਕਰਨ ਲੱਗੇ ਨਾ ਪਾਣੀ ਵੇਸਟ ਕਰ ਦਿੰਨੇ ਆ ਤਾਂ ਬੇਟਾ ਪਾਣੀ ਬਚਾਓ ਜੀ ਨਹੀਂ ਤਾਂ ਆਉਣ ਵਾਲੇ ਟਾਈਮ 'ਚ ਪਾਣੀ ਨਹੀਂ ਮਿਲਣਾ ਇੱਕ ਇੱਕ ਪਾਣੀ ਦੀ ਬੋਤਲ 700 800 700 ਰੁਪਏ ਦੀ ਹੋਇਆ ਕਰਨੀ ਐ ਫੇਰ ਸਾਂਭੀ ਜੱਲੀਓ ਫੇਰ ਪਾਣੀ ਪੀਣ ਨੂੰ ਤਰਸੂਗੇ ਇਸ ਲਈ ਹੁਣੇ ਬੰਦੀ ਬਚਾ ਲੋ ਤਾਂ ਸਭ ਤੋਂ ਬੈਸਟ ਹੈ ਤਾਂ ਕਿੰਨੇ ਪਰਸੈਂਟ ਪਾਣੀ ਜਿਹੜਾ ਹੈਗਾ ਪੀਣਯੋਗ ਬਚਾਇਆ 1% ਤੋਂ ਵੀ ਘੱਟ ਹੈ ਦੇਖ ਲੋ ਬੇਟਾ ਕਿੱਡੀ ਵੱਡੀ ਗੱਲ 1% ਵੀ ਨਹੀਂ ਹੈਗਾ ਪਾਣੀ ਇਹਦਾ 1% ਦਾ ਮਤਲਬ ਕੀ ਹੈ ਜੇ ਮੰਨ ਲੋ ਧਰਤੀ ਤੇ ਪੂਰਾ ਮੰਨ ਲਓ 100 ਲੀਟਰ ਪਾਣੀ ਧਰਤੀ ਤੇ ਪਿਆ ਹੈ ਠੀਕ ਹੈ ਤਾਂ ਉਹਦਾ 1 ਲੀਟਰ ਪਾਣੀ ਪੀਣ ਯੋਗ ਹੈ 99 ਲੀਟਰ ਤਾਂ ਪਾਣੀ ਪੀਣ ਯੋਗ ਹੀ ਨਹੀਂ ਹੈਗਾ ਆਹ ਦੇਖ ਲਓ 1 ਲੀਟਰ ਪਾਣੀ ਬਚਿਆ ਹੋਇਆ ਪੀਣ ਯੋਗ ਜਿੰਨਾ ਵੇ ਕਹਿ ਸਕਦੇ ਹੋ 1% ਹਿੱਸਾ ਤੁਹਾਨੂੰ ਕਹਿੰਦੇ ਮੰਨਿਆ ਜਾ ਰਿਹਾ ਜਿਹੜਾ ਅਗਲਾ ਵਿਸ਼ਵ ਯੁੱਧ ਹੋਊਗਾ ਪਾਣੀ ਵਿੱਚ ਹੀ ਹੋਣਾ ਹੈ ਇੱਕ ਕੰਟਰੀ ਨੇ ਦੂਜੀ ਕੰਟਰੀ ਤੇ ਅਟੈਕ ਕਰੀ ਜਣਾ ਪਾਣੀ ਪਿੱਛੇ ਤੇਲ ਪਿੱਛੇ ਨਹੀਂ ਪਾਣੀ ਵਿੱਚ ਹੀ ਅਟੈਕ ਹੋਈ ਜਾਣੇ ਆ ਠੀਕ ਹੈ ਜੀ ਚਲੋ ਅਗਲਾ ਅਗਲਾ ਕਹਿੰਦਾ ਹੈ ਹਵਾਈ ਜਹਾਜ਼ ਦੀ ਖੋਜ ਕਿਸ ਨੇ ਕੀਤੀ ਸੀ 에어로ਪਲੇਨ ਦੀ ਖੋਜ ਐਰੋਪਲੇਨ ਦੀ ਖੋਜ ਕਿਹਨੇ ਕੀਤੀ ਸੀ ਇਹ ਤਾਂ ਸਾਰਿਆਂ ਨੂੰ ਪਤਾ ਹੋਣਾ ਹੈ ਰਾਈਟ ਬ੍ਰਦਰਸ ਨੇ ਇੱਕ ਚਾਰਲਸ ਬੇਬੇਜ ਕੋਣ ਨੇ ਬੇਟਾ ਏ ਫਾਦਰ ਆਫ ਕੰਪਿਊਟਰ ਕਹਿ ਸਕਦੇ ਆ ਕੰਪਿਊਟਰ ਦੇ ਪਿਤਾ ਮਾ ਕਿਹਨੂੰ ਕਿਹਾ ਜਾਂਦਾ ਹੈ ਚਾਰਲਸ ਬਾਬੇਜ ਨੂੰ ਠੀਕ ਹੈ ਜੀ ਡੈਸਕਟਾਪ ਡੈਸਕਟਾਪ ਸਾਰਿਆਂ ਨੂੰ ਪਤਾ ਹੁੰਦਾ ਹੈ ਡੈਸਕਟਾਪ ਕੀ ਹੁੰਦਾ ਜਿੱਤੇ ਆਪਾਂ ਜਿਵੇਂ ਇੱਕ ਤਾਂ ਹੁੰਦਾ ਹੈ ਕੀਬੋਰਡ ਜਿੱਤੇ ਤਾਂ ਜਿੰਨਾਂ ਨਾਲ ਆਪਾਂ ਟਾਈਪ ਕਰਦੇ ਹੁੰਨੇ ਆ ਜਿੱਤੇ ਛਪਦਾ ਹੁੰਦਾ ਹੈ ਜਿਹੜਾ ਕੰਪਿਊਟਰ ਦੇ ਵਿੱਚ ਛਪਦਾ ਹੈ ਨਾ ਉੱਪਰ ਉਹਨੂੰ ਕਹਿੰਨੇ ਆਪਾਂ ਡੈਸਕਟਾਪ ਤੇ ਜਿਹੜਾ ਡੈਸਕਟਾਪ ਹੁੰਦਾ ਹੈ ਉਹਦੇ ਨੀਚਲੇ ਵਾਲੇ ਪਾਸੇ ਜਿਵੇਂ ਆ ਡੈਸਕਟਾਪ ਹੈ ਤੇ ਆ ਜਗ੍ਹਾ ਤੇ ਇੱਕ ਉਹ ਬਣੀ ਹੁੰਦੀ ਹੈ ਲਾਈਨ ਜੀ ਐਵੇਂ ਇੱਥੇ ਜਿਵੇਂ ਥਿਕ ਪਾਇਆ ਹੁੰ ਇੱਥੇ ਉਹ ਬਣਿਆ ਹੁੰਦਾ ਡੇਟ ਅ ਟਾਈਮ ਦਾ ਆ ਜਿਹੜਾ ਪੂਰਾ 바ਰ ਹੈ ਇਹਨੂੰ ਕੀ ਕਹਿੰਦੇ ਨੇ ਆ ਪੂਰੇ ਨੂੰ ਇੱਥੋਂ ਦੇ ਇੱਥੇ ਤੱਕ ਜਿਹੜਾ نیچے ਬਣੀ ਹੁੰਦੀ ਹੈ ਇਹਨੂੰ ਕਹਿੰਦੇ ਨੇ ਟਾਸਕ 바ਰ ਕਿਹੜੀ 바ਰ ਕਹਿੰਦੇ ਆ ਬੇਟਾ ਟਾਸਕ 바ਰ ਠੀਕ ਹੈ ਬੇਟਾ ਬਸ ਇਹੀ ਸੀ ਅੱਜ ਦੇ ਕੁਐਸਚਨ ਆਈ ਹੋਪ ਤੁਹਾਨੂੰ ਵੀਡੀਓ ਚੰਗੀ ਤਰ੍ਹਾਂ ਪਤਾ ਚੱਲ ਗਈ ਹੋਣੀ ਤੇ ਬੇਟਾ ਹਰ ਇੱਕ ਕੁਐਸਚਨ ਨੋਟ ਕਰਨਾ ਹੈ ਠੀਕ ਹੈ ਚਲੋ ਹੈਵ ਅ ਨਾਈਸ ਡੇ